ਅਸਲਾਮ ਅਲੈਕਮ ਜੀ, ਮੈਂ ਤੁਹਾਡਾ ਆਪਣਾ ਵੀਰ ਪਾਸ਼ਾ ਜੱਟ ਖਖਾਲਾ। ਸਿਆਣੇ ਕਹਿੰਦੇ ਆ ਜੀ ਕਿ ਪੁਰਾਣੀਆਂ ਗੱਲਾਂ ਛੇੜੀਦੀਆਂ ਨਹੀਂ, ਫਿਰ ਜ਼ਖਮ ਤਾਜ਼ੇ ਹੁੰਦੇ ਆ। ਤੇ ਪਰ ਗੱਲਾਂ ਪੁਰਾਣੀਆਂ ਸੁਣ ਕੇ ਨਾ ਰੂਹ ਵੀ ਰਾਜੀ ਬਹੁਤ ਹੁੰਦੀ ਹੈ। ਸੰਨ 1947 ਦੀਆਂ ਵੰਡਾਂ ਨੇ ਜਿੱਥੇ ਬੰਦਿਆਂ ਨੂੰ ਦੁੱਖ ਤੇ ਤਕਲੀਫਾਂ ਦਿੱਤੀਆਂ, ਉੱਥੇ ਇੱਦਾਂ ਇੱਦਾਂ ਦੀਆਂ ਵੀ ਵਿੱਚ ਗੱਲਾਂ ਸੀਗੀਆਂ ਜਿਹੜੀਆਂ ਅੱਜ ਵੀ ਸਿਆਣੇ ਬੰਦਿਆਂ ਦੇ ਕੋਲੋਂ ਸੁਣ ਕੇ ਨਾ ਤੇ ਬੰਦੇ ਦਾ ਉੱਠਣੇ ਨੂੰ ਦਿਲ ਨਹੀਂ ਕਰਦਾ। ਜਿੱਦਾਂ ਕਿ ਤਾਇਆ ਸਾਡਾ ਗਹੂਰ, ਤਾਇਆ ਅਬਦੁਲ ਗਹੂਰ ਮੈਂਬਰ ਚੱਕ ਨੰਬਰ 158 ਦੇ ਵਿੱਚ ਬੈਠਾ ਵਾ। ਤਾਇਆ ਸਾਡਾ ਮਾਸ਼ਾਅੱਲਾ ਸਖਾਣੀ ਦਾ ਸਭ ਤੋਂ ਵੱਡਾ ਇਸ ਵਕਤ ਸਾਡੀ ਖੱਖਾਂ ਦੇ ਵਿੱਚ ਮੌਜੂਦ ਆ। ਅੱਲਾ ਦੀ ਯਾਦ ਇਹਨਾਂ ਨੂੰ ਤੰਦਰੁਸਤੀ ਸਿਹਤ ਦੇਵੇ, ਲੰਮੀ ਉਮਰ ਦੇਵੇ, ਕਿਉਂਕਿ ਇਹੋ ਜਿਹੇ ਅਨਮੋਲ ਹੀਰੇ ਤੇ ਕੀਮਤੀ ਬੰਦੇ ਅੱਲਾ ਦੀ ਯਾਦ ਰੋਜ਼ ਨਹੀਂ ਦਿੰਦੀ। 91-92 ਸਾਲ ਲਗਾ ਉਮਰ ਤੇ ਮਾਸ਼ਾਅੱਲਾ ਤਾਏ ਦੀ 91-92 ਸਾਲ ਉਮਰ ਆ ਤੇ ਤਾਏ ਦੇ ਕੋਲ ਇੱਕ ਹਿਸਟਰੀ ਅਜਾੜਿਆਂ ਦੀ, ਸਖਾਣੀ ਪਿੰਡ ਦੀ, ਤੇ ਸਾਰੀਆਂ ਗੱਲਾਂ ਬਾਤਾਂ ਤਾਏ ਦੇ ਕੋਲ ਆ। ਤੇ ਅਸਲਾਮ ਅਲੈਕਮ ਤਾਇਆ ਜੀ। ਵਾਲੇਕੁਮ ਸਲਾਮ ਤਾਇਆ। ਪਹਿਲਾਂ ਤਾਂ ਸਾਨੂੰ ਗੱਲ ਦੱਸੀ ਵੀ ਉਧਰ ਸਲਾਮ ਕਿੱਦਾਂ ਕਹਿੰਦੇ ਹੁੰਦੇ ਸੀ ਇੱਕ ਦੂਜੇ ਨੂੰ ਲੰਘਦੇ ਵੜਦੇ? ਉਹ ਜੇ ਮੁਸਲਮਾਨਾਂ ਦਾ ਉਹਨਾਂ ਦੇ ਅਸਲਾਮ ਅਲੈਕਮ ਵਾਲੇ, ਜਾਨੀ ਸਰਦਾਰ ਜਿਹੜੇ ਸਿੱਖ ਕਹਿ ਲਓ ਉਹਨਾਂ ਨੂੰ ਸਰਦਾਰ ਕਹਿੰਦੇ। ਹੁਣ ਕਹਿਣਾ ਸਰਦਾਰ ਜੀ ਸਲਾਮ, ਉਹਨਾਂ ਕਹਿਣਾ ਸਾਹਿਬ ਸਲਾਮ, ਸਾਹਿਬ ਸਲਾਮ ਆਇਆ ਸੀ ਉਹਨਾਂ ਦੀ। ਅੱਛਾ, ਵਾਸਤੇ ਏਦਾਂ ਤਰੀਕਾ ਕਰ ਸੀ। ਹਾਂ, ਉਹਨਾਂ ਨੂੰ ਪਤਾ ਜੀ ਇੱਥੇ ਮੁਸਲਮਾਨ ਬੈਠੇ ਆ, ਉਹਨਾਂ ਨੇ ਉਹਨਾਂ ਦਾ ਆਪਣਾ ਕਹਿਣਾ। ਹਾਂ, ਤੇ ਅਸੀਂ ਜਿਹੜੀ ਤਬਦੀਲੀ ਕਰ ਲੈਂਦੇ ਸੀ ਉਹਦੇ ਸੀ ਕਰਦੇ, ਉਹਨਾਂ ਨੂੰ ਆਪਣਾ ਹੀ ਉਹਨਾਂ ਕਹਿਣਾ ਸਾਹਿਬ ਸਲਾਮ, ਅਸੀਂ ਸਾਹਿਬ ਨੂੰ ਸਲਾਮ ਕਹਿ ਦਿੰਦੇ ਸੀ। ਮੰਨਣਾ ਸੀ ਭਰਾ ਵਾਂਗ ਵਾਸਤੇ ਸੀ ਯਾਰ, ਇੱਕ ਦੂਜੇ ਦਾ ਪਿਆਰ ਹੁੰਦਾ ਸੀ, ਇਕੱਠੇ ਖਾਂਦੇ ਸੀ, ਇਕੱਠੇ ਬਹਿੰਦੇ ਸੀ। ਹਾਂ, ਕੋਈ ਗੱਲਾਂ ਬਾਤਾਂ ਨਹੀਂ ਗਿਲੇ ਸ਼ਿਕਵੇ ਆਈਆਂ। ਹਾਂ, ਤੇ ਅੱਛਾ ਤਾਂ ਸਾਡਾ ਜਿਹੜਾ ਦਾਦਾ ਸੀ ਰਹੀਮ ਬਖਸ਼ ਹੀਮਾ, ਹਾਂਜੀ, ਇਹਦਾ ਦੱਸਦੇ ਕਿਹੜੀ ਸਾਰੀ ਸਖਾਣੀ ਚੋਂ ਕੱਦ ਉੱਚਾ ਸੀ? ਬਿਲਕੁਲ ਏਦਾਂ ਹੀ ਆ। ਤੇ ਇਹਦੀ ਤਾਂ ਦੱਸੀ ਗੱਲਬਾਤ ਕਿੱਦਾਂ ਵੀ ਉਹ ਸ਼ਹਿਦ ਜਿਹੜਾ ਪੀਤਾ ਸੀ ਕਿੱਦਾਂ ਹੋਈ ਸੀ, ਕੀ ਗੱਲਬਾਤ ਹੋਈ ਸੀ? ਸ਼ਹਿਦ ਜਿੱਦਾਂ ਮੁੰਡੇ ਆਪਾਂ ਹੁਣ ਬਹਿਦਿਆਂ ਗੱਲਾਂ ਕਰਦੇ ਕਰਾਉਂਦੇ ਨਾ, ਕੋਈ ਸ਼ਰਤ ਲਾ ਲਈ, ਸ਼ਰਤ ਲਾ ਲਈ ਵੀ 2 ਕਿਲੋ ਦੋ ਸ਼ੇਰ ਵੱਜਦੇ ਨੇ, ਇੱਕ ਸ਼ਹਿਦ ਪੀ ਲਊ ਕੋਈ। ਹਾਂ, ਮੁੜ ਕੇ ਬੈ ਪੀ ਲਈ ਨਾ। ਅੱਛਾ, ਚੱਕ ਕੇ ਉਹ ਪੀ ਲਿਆ। ਅੱਛਾ ਪੀ ਲਿਆ, ਫਿਰ ਉਹ ਕਸੂਰਤਾ ਬਹਿ ਗਿਆ, ਹੁਣ ਤੈਨੂੰ ਪਤਾ ਫਿਰ ਉਹ ਫਿਰ ਬੇਦੇ ਨੂੰ ਲੈ ਕੇ ਬਹਿ ਗਿਆ, ਬਸ ਸੁੱਕ ਕੇ ਫਿਰ ਕਾਨੇ ਅਰਗਾ। ਦੋ ਸ਼ੇਰ ਸ਼ਹਿਦ ਕਿਹੜਾ ਐਵੇਂ ਹੁੰਦਾ ਵਾ, ਬੜੀ ਗੱਲ ਹੁੰਦੀ ਹੈ। ਜਦੋਂ ਤਾਇਆ ਦੱਸਦਾ ਜੀ ਕਿ ਪੂਰੀ ਸਖਾਣੀ ਜੋ ਸਾਡਾ ਜਿਹੜਾ ਦਾਦਾ ਸੀ ਨਾ ਬਾਬਾ ਹੀਮਾ ਰਹੀਮ ਬਖਸ਼ ਹੀਮਾ, ਉਹਦਾ ਪੂਰੀ ਸਖਾਣੀ ਚੋਂ ਕਰ ਦੁੱਚਾ ਸੀ। ਬਿਲਕੁਲ। ਤੇ ਤਾਇਆ ਦੱਸਦਾ ਕਿ ਮੁੰਡਿਆਂ ਦੇ ਵਿੱਚ ਬੈਠੇ ਖਲੋਤੇ ਨੇ ਛੋਗਲ ਦੇ ਨਾਲ ਸ਼ਰਤ ਲਾ ਲਈ ਤੇ 2 ਕਿਲੋ ਸ਼ਹਿਦ ਜਿਹੜਾ ਸ਼ਰਤ ਲਾ ਕੇ ਪੀ ਗਿਆ। ਤੇ ਉਹ ਬੰਦੇ ਦੇਖ ਲਓ ਕਿੱਦਾਂ ਦੇ ਉਹ ਬੰਦੇ ਹੋਣਗੇ ਜੀ, ਜਿਹੜੀਆਂ ਦੀਆਂ ਏਡੀਆਂ ਖੁਰਾਕਾਂ ਸੀਗੀਆਂ ਤੇ ਏਦਾਂ ਦੇ ਕੰਮ ਸੀ। ਤੇ ਅੱਛਾ ਤਾਇਆ, ਆਪਣੇ ਸਖਾਣੀ ਪਿੰਡ ਜਿਹੜਾ ਸੀਗਾ ਉੱਥੇ ਜ਼ਿਲ੍ਹੇ ਜਲੰਧਰ ਚ, ਦੱਸਦੇ ਕਹਿੰਦੇ ਸਾਰੇ ਘਰ ਸਾਰਿਆਂ ਘਰਾਂ ਦੇ ਵਿੱਚੋਂ ਕੋਈ ਨਾ ਕੋਈ ਮੁੰਡੇ ਘੋਲਦੇ ਜ਼ਰੂਰ ਸੀ। ਮੈਂ ਕਹਿੰਦਾ ਤੈਨੂੰ, ਮੈਂ ਅੱਗੇ ਵੀ ਦੱਸ ਚੁੱਕਿਆ ਕਿ ਹਰ ਘਰ ਚੋਂ ਘੋਲਦਾ ਸੀ। ਹਾਂ, ਹਰ ਘਰ ਚੋਂ ਆਉਣਾ, ਇੱਥੇ ਸੁਣਦਾ ਵੀ ਮੱਸਾ ਘੋਲਦਾ, ਮੱਸੇ ਜੀ ਕੋਲੋਂ ਅਸੀਂ ਗੱਲ ਸੁਣੀ, ਮੱਸਾ ਘੋਲਦੇ ਲਾਈ ਕੇ। ਅੱਛਾ, ਸਾਡੇ ਤੋਂ ਚਾਚਾ ਅਲੀ ਮਹੁੰਦ ਵੀ ਘੋਲ ਲੈਂਦਾ ਸੀ, ਖੁਸ਼ੀ ਆ ਘੋਲਦਾ, ਖੁਸ਼ੀ ਦਾ ਪੂਰਾ ਫੱਜਾ ਘੋਲਦਾ, ਜਾਣੀ ਸਾਡੇ 2-3 ਘੋਲਦੇ ਸਾਡੀ ਬਰਾਦਰੀ। ਠੀਕ ਆ, ਠੀਕ ਆ। ਤੇ ਸਾਡੇ ਵਿੱਚ ਆ ਜਿਹੜਾ ਹੀਮਾ ਵੀ ਕਹਿੰਦੇ ਘੋਲਦਾ ਸੀਗਾ। ਹਾਂ, ਬਾਕੀ ਇਧਰ ਰਹਿ ਗਿਆ ਆ ਨੱਥਾ ਘੋਲਦਾ ਸੀ, ਗੁੰਗੇ ਹੋਣਾ ਦਾ ਪੇ। ਹਾਂ, ਇਹ ਨੱਥਾ ਵੀ ਘੋਲਦਾ ਸੀ ਤੇ ਬਾਬਾ ਫਕੀਰੀਆ ਵੀ ਘੋਲਦਾ ਰਿਹਾ ਕਿ ਨਹੀਂ? ਹਾਂ, ਫਕੀਰੀਆ ਦਾ ਹੀ। ਅੱਛਾ, ਇਹ ਤਾਂ ਗੱਲ ਹੀ। ਇਧਰੋਂ ਉਧਰੋਂ ਘੋਲਦਾ ਸੀਗਾ ਇੱਕ ਗਾਮਾ,
ਖੁਸ਼ੀ ਦਾ ਮੈਂ ਘੋਲ ਦੇਖਿਆ, ਖੁਸ਼ੀ ਦਾ ਛੋਟਾ ਤੇ ਫਿਰ ਉਚਰਿਆ ਜੋੜਾ ਹੋ ਗਿਆ। ਅੱਛਾ ਤਾਂ ਉਧਰ ਆਪਣੇ ਜਦੋਂ ਜਿਹੜੇ ਆਲੇ ਦੁਆਲੇ ਦੇ ਆਪਣੇ ਪਿੰਡ ਸੀ ਨਾਰਾਂ ਵਾਲੀ, ਚੱਕ, ਘਵਾਲਾ, ਕਾਲਾ ਸੰਘਾ, ਉਹ ਮੈਂ ਤੈਨੂੰ ਦੱਸਦਾ। ਹਾਂ ਆਪਣੇ ਨਾਲ ਕਾਲਾ ਦਾ ਹੈ ਕਾਠਾ ਨਾਲ ਹੀ ਸੀ ਥੋੜਾ ਵੀਰ ਵੀ। ਹਾਂ ਤੇ ਉੱਥੇ ਕੋਠਾ ਕਹਿੰਦੇ ਸੀ, ਆਮ ਨਾਮ ਦਾ ਪੂਰਨ ਸਿੰਘ ਸੀਗਾ। ਅੱਛਾ ਅੱਛਾ ਅੱਛਾ, ਪੂਰਨ ਸਿੰਘ ਦਾ ਨਾਂ ਸੀ ਕੋਠਾ। ਹਾਂ ਅੱਛਾ, ਕੋਠਾ ਉਹਦੇ ਖੂਹ ਦੇ ਮੁਰੱਬੇ ਦੇ ਕੋਠੇ, ਠੀਕ ਹੈ। ਇੱਧਰ ਘਵਾਲਾ ਸੀ ਨਾਲ, ਘਵਾਲਾ ਸਿੰਘ ਨਾ ਉੱਥੇ ਧੰਨਾ ਸੀ, ਉਹ ਸੀ ਸਿੱਖ, ਉਹ ਸਾਡੇ ਬੁੱਢੇ ਦਾ ਯਾਰ ਸੀ। ਅੱਛਾ ਅੱਛਾ, ਬਲਕਿ ਉਹਦੇ ਨਾਲ ਮੈਂ 8 ਦਿਨ ਮੁੰਡੇ ਨਾਲ ਫਲੇ ਪਾਉਂਦਾ ਰਿਹਾ ਵਾ, ਠੀਕ ਆ। ਉਹ ਕਣਕ ਉਹਨੇ ਫਲਿਆ ਨਹੀਂ, ਆ ਫਲਿਆ ਨਾ, ਉਹ ਕੱਲਾ ਹੀ ਮੁੰਡਾ ਸੀ। ਉਹ ਕਹਿੰਦਾ ਯਾਰ ਮੇਰੇ ਕੋਲ ਸਾਰ ਹੀ ਦੌਣ ਵਾਲਾ ਬੁੜਾ, ਕਹਿੰਦਾ ਮੁੰਡੇ ਲੈ ਜਾ, ਮੈਂ 4 ਦਿਨ। ਹਾਂ ਗੱਲ, ਉਹਨਾਂ ਨੇ ਵਿੱਚ ਖਾਣੇ, ਉਹਨਾਂ ਨੇ ਦੇਖ ਲਾ ਏਦਾਂ ਹੀ ਏਦਾਂ ਹੀ। ਤੇ ਤਾਂ ਉੱਥੇ ਤਾਂ ਕਹਿੰਦੇ ਪਾਣੀ ਬਹੁਤ ਚੰਗਾ ਸੀ, ਦੇਸੀ ਘੇਰ ਗਾ ਸੀ। ਬੱਲੇ ਬੱਲੇ ਉਹਨਾਂ ਦੀ ਗੱਲ ਕਹੋਤ ਸੀਗੀ ਆਮ। ਹਾਂ ਸਿਆਣੇ ਗੱਲ ਕਰਦੇ ਆ ਬੁੜੇ ਹੋਣੀ, ਕਹਿੰਦੇ ਹੁੰਦੇ ਸੀਗੇ ਕਿ ਦੇਸ਼ ਦਾ ਪਾਣੀ ਤੇ ਬਾਰ ਦਾ ਦੁੱਧ। ਹਾਏ 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 ਹਾਏ, ਬਾਰ ਦਾ ਘੇ ਤੇ ਪੰਜਾਬ ਦਾ ਦੁੱਧ, ਪੰਜਾਬ ਦਾ ਦੁੱਧ। ਤੇ ਉਹਦੇ ਤੇ ਤੁਸੀਂ ਹੁਣ ਤਜਰਬੇ ਨਾਲ ਦੇਖ ਲਿਆ ਕਿ ਉਹਨਾਂ ਦੀ ਟੀਮ ਜਦੋਂ ਆਵੇ ਦੇਖੇ ਤੇ ਉਹਨਾਂ ਦੇ ਮੂੰਹ ਚਿਹਰੇ ਜਿਹੜੇ ਉਹ ਰਲਦੇ ਨੀ ਪਾਕਿਸਤਾਨੀ। ਏਦਾਂ ਹੀ ਆ, ਏਦਾਂ ਹੀ ਆ, ਸੱਚੀ ਗੱਲ। ਉਹਦੇ ਉਹਦੇ ਫਿਰ ਵਿਸਾਲ ਜਿੰਦੀ ਜਾਂਦੀ, ਸਾਡੇ ਕੋਲ ਅਸੰਤ ਖਾਨ ਸੀ ਇੱਥੇ, ਉਹ ਵੀ ਘੋਲ ਕਰ ਲੈਂਦਾ ਸੀ। ਉਹ ਇੱਕ ਵਾਰੀ ਨਾ ਥੱਬੇ ਥੱਬੀ ਵਾਹਵਾ ਘੋਲ ਦੇ ਕਰ ਲੈ, ਜ਼ੋਰ ਮਾਰਦੇ ਮਾਰਦੇ ਛਡਾਤਾ, ਛਡਾਉਂਦੇ ਨੂੰ ਤਾਂ ਉਹ ਏਦਾਂ ਗੱਲ ਕਰਨ ਲੱਗ ਪਿਆ ਹੈ। ਕਹਿੰਦਾ ਬਾਈ ਮੈਂ ਸਿੱਖਾਂ ਦੇ ਮੁੰਡੇ ਨਾਲ ਇੱਥੇ ਨਾ ਜ਼ੋਰ ਕਰਦਾ ਹੁੰਦਾ ਜੀ, ਸਿੱਖਾਂ ਦੇ ਮੁੰਡੇ ਤਗੜੇ ਸੀ ਮੇਰੇ ਤੋਂ, ਮੈਨੂੰ ਰੋਲੀ ਫਿਰਦੇ ਹੁੰਦੇ, ਮੈਨੂੰ ਚੰਗਾ ਘਸਾਉਣਾ ਰੋਲ ਲੈਣਾ। ਕੁਦਰਤ ਨਾ ਪਤਾ ਨੀ ਕਿਹੜਾ ਕੰਮ ਕੁੰਮ ਬਣ ਗਿਆ, ਮੈਂ ਕਹਿੰਦਾ ਦੇਸ਼ ਚਲਾ ਗਿਆ। ਛੇ ਕੁ ਮਹੀਨੇ ਰਿਹਾ ਮੈਂ ਦੇਸ਼, ਤੇ ਕਿਹੜੇ ਵੀ ਮੈਂ ਕਹਿੰਦਾ ਗਜਾਬ ਦਾ ਇੱਥੇ ਦੁੱਧ ਦਾ ਦਵੇਰਾ, ਇੱਥੇ ਦੁੱਧ ਦਾ ਕੋਟਾ, ਇੱਥੇ ਪੀਣਾ ਦੁੱਧ ਦਾ ਦੇਸ਼ ਤੋਂ ਪੀਂਦੇ। ਜਦ ਮੈਂ 6 ਮਹੀਨੇ ਆਇਆ ਕਹਿੰਦਾ ਮੈਂ ਸਾਰਿਆਂ ਨੂੰ ਧੋਨੀ ਫਿਰਦਾ, ਪਾਣੀ ਦਾ ਫਰਕ ਹੋਇਆ ਗਾ ਤੇ ਉੱਥੇ ਦਾ ਪਾਣੀ ਤੇ ਮੈਨੂੰ ਨਾ ਮਨ ਉਹਨਾਂ ਨਾਲ ਮੈਂ ਬਹਿਰ। ਹਾਂ ਵਾਕਈ ਦੇਸੀ ਘੇਰ ਗਾ ਪਾਣੀ, ਤਾਕਤ ਵਾਲਾ ਪਾਣੀ ਸੀ, ਉਹ ਫਲਾਦੀ ਪਾਣੀ ਸੀਗਾ, ਕਲਮੀ ਛੋੜੇ ਵਾਲਾ ਪਾਣੀ। ਇਹ ਤਾਂ ਪਾਣੀ ਕੁਛ ਨੀ ਤਾਇਆ, ਉਹ ਫਲਾਦੀ ਪਾਣੀ ਸੀ। ਏਦਾਂ ਹੀ ਏਦਾਂ ਹੀ ਆਪਣੇ ਵੱਡੇ ਜਿਹੜੇ ਜਿੰਨੇ ਵੀ ਸੀ ਤਾਇਆ ਤੇਰੇ ਨਾਲ ਦੇ, ਹਾਣੀ ਵਾਣੀ ਸਾਰੇ, ਜਾਂ ਬਾਬੇ ਜਿਹੜੇ ਸੀ ਪਿਛਲੇ ਆਪਣੇ, ਤੇ ਬਾਬਾ ਮਾਸਟਰ ਸੀ ਆਪਣਾ ਬਜ਼ੁਰਗ, ਇਹ ਸਾਰੇ ਵੱਡੇ ਜਿਹੜੇ ਸੀ ਵਿਚਾਰੇ ਪਾਣੀ ਨੂੰ ਤਰਸਦੇ ਰਹਿ ਗਏ, ਕਹਿੰਦੇ ਉਹ ਪਾਣੀ ਬਹੁਤ ਚੰਗਾ। ਬਿਲਕੁਲ ਏਦਾਂ ਹੀ, ਤੇ ਆਪਣਾ ਦੇਸ਼ ਤਾਇਆ। ਅੱਛਾ ਸਖਾਣੀ ਪਿੰਡ ਜਿਹੜਾ ਸੀ ਆਪਣਾ, ਇਹਦੀਆਂ ਗਲੀਆਂ ਬਾਜ਼ਾਰ ਕਿੱਦਾਂ ਦੇ ਸੀ? ਬਹੁਤ ਛੋਟੀਆਂ ਮੰਜੀ ਲੰਘਦੀ ਸੀ। ਹਾਂ ਤੰਗ ਸੀ ਗਲੀਆਂ। ਇਹ ਆਪਣੇ ਨਾ ਜਿਹੜੇ ਮਾਲ ਡੰਗਰ ਆ ਖੂਹਾਂ ਤੇ ਹੁੰਦੇ ਸੀਗੇ। ਅੱਛਾ, ਖੂਹਾਂ ਦੇ ਕੋਠੇ ਵੀ ਹੁੰਦੇ ਸੀ, ਮਾਲ ਡੰਗਰ ਤਾਂ ਘਰ ਤਾਂ ਬੱਕਰੀ ਵੀ ਨਹੀਂ ਕਿਸੇ ਦੇ। ਹਾਂ ਹਾਂ ਹਾਂ, ਬਸ ਬੰਦਿਆਂ ਨੇ ਲੰਘਣਾ ਵਾ ਤੇ ਜਾਂ ਮੰਜੀ ਲਗਾਉਂਦੀ ਲਗਾਉਂਦੀ ਜਨਾਜ਼ਾ ਲਿਜਾਉਂਦਾ, ਜਿਹੜੇ ਦਾਣੇ ਦੂਣੇ ਤੇ ਘੱਟ ਹੋਣੇ ਆ ਨਾ, ਵਿਚਾਲੇ ਚਗਾਨ ਸੀ ਨਾਈਆਂ ਦੇ ਘਰ। ਅੱਛਾ, ਉਹਨੂੰ ਸੜਕ ਲੱਗਦੀ ਸੀ ਇੱਕ ਆਪਣੇ ਉਹ ਤਖੀ ਵੱਲ ਦੀ ਹੋ ਕੇ, ਉੱਥੇ ਗੱਡਾ ਆ ਜਾਂਦਾ ਜੀ, ਉੱਥੋਂ ਆਪੋ ਆਪਣੇ ਘਰ ਦਾਣੇ ਲਾ ਕੇ ਲੈ ਜਾਂਦੇ। ਉੱਥੇ ਗੱਡਾ ਨਹੀਂ ਵਿੱਚ ਵੜਦਾ ਪਿੰਡ, ਤੇ ਮਾਲ ਹਰ ਦਾ ਖੂਹ ਤੇ। ਹਾਂ ਬੋੜੀਆਂ ਰੋਟੀ ਲੈ ਜਾਣੀਆਂ, ਧਾਰਾਂ ਕੱਢ ਕੇ ਲੈ ਗਈਆਂ। ਸਹੀ ਹੈ, ਉਹ ਤਾਂ ਬਲਦਾਂ ਨੀ ਲੱਭਦੀਆਂ ਉੱਥੇ। ਏਦਾਂ ਹੀ ਏਦਾਂ, ਤੇ ਹਰ ਦੇ ਖੂਹ ਤੇ ਅੰਬ ਜਾਮਲਾ। ਹਾਂ ਸਾਡਾ ਖੂਹ ਅੰਬ ਵਾਲਾ ਜਾਮਲਾ ਵਾਲਾ ਮਸ਼ਹੂਰ ਆ, ਢਾਬਾ ਵਾਲਾ ਖੂਹ। ਢਾਬਾ ਤੁਹਾਡਾ ਖੂਹ ਕਿਹੜੇ ਬੰਨੇ ਸੀਗਾ?
ਇਧਰੋਂ ਲਾਲਾ ਜਿਹਾ ਕੁਤਬ ਦੇ ਪਾਸੇ ਸੀ ਪਿੰਡ ਸਖਾਣੀ, ਕੁਤਬ ਦੇ ਸਾਈਡ ਨੂੰ ਨਾ। ਅੱਛਾ, ਜਿਵੇਂ ਹੁਣ ਏਦਾਂ ਗੋਜਰੇ ਨੂੰ ਲਾਲਾ, ਹਾਂ ਹਾਂ ਏਦਾਂ ਸੀ। ਹਾਂ, ਉਹ ਢਾਬਾ ਉਹਦਾ ਨਾਂ ਬਜਦੇ ਲਾਗੇ ਢਾਬ ਸੀ ਇੱਕ ਬਹੁਤ ਵੱਡੀ ਛੱਪੜ, ਛੱਪੜ ਨੂੰ ਢਾਬ ਕਹਿੰਦੇ, ਢਾਬ ਕਹਿੰਦੇ ਸੀ। ਹਾਂ, ਬੜੀ ਮਿੱਟੀ ਚੀਕਣੀ ਸੀ ਉੱਥੋਂ। ਆਪਣਾ ਦੋ ਹਿੱਸਿਆਂ ਚ ਪਿੰਡ ਤਕਸੀਮ ਸੀਗਾ। ਠੀਕ, ਚੱਕ ਨੀ, ਚੱਕ ਸਿਖਾਣੀ ਬਜਦਾ, ਚੱਕ ਸਿਖਾਣੀ। ਹਾਂ, ਉਹ ਚੱਕ ਜੋਦੇ ਕਰ ਨਾ ਜਿਹੜੀ ਜ਼ਮੀਨ ਪਾਰ ਸੀ, ਹਾਂ, ਉਹ ਉੱਥੇ ਆਪਣੀ ਵਸੋਂ ਲੈ ਗਿਆ। ਹਾਂ, ਉਹਨਾਂ ਦੇ ਖੂਹ ਏਦਾਂ ਨਾ, ਸੜਕ ਜਿਹੜੀ ਕਿਰਪੂਸ ਨੇ ਉਹਦੀ ਪੱਕੀ ਬਣ ਗਈ ਸੀ। ਹਾਂ, ਪਹਿਲਾਂ ਕੱਚੀ ਸੀ, ਉਦੋਂ ਕੱਚੀ ਸੀ ਕਰਬੂਤਲੇ ਵਾਲੀ ਸੜਕ। ਹਾਂ, ਪਿੱਛੇ ਬਣੀ ਸੀ ਥੋੜੀ, ਤੇ ਉਹ ਕਾਲੇ ਆਉਂਦੀ ਸੀ। ਅੱਛਾ, ਉਦੋਂ ਜਿਹੜੀ ਪਾਰ ਸੀ ਨਾ, ਪਾਰ ਉਹ ਕਾਲੇ ਦੀ ਟਾਵੀ ਸੀ, ਟਾਵੀ ਵੱਜਦੀ ਸੀ ਟਾਵੀ, ਤੇ ਇਹ ਸਾਡੇ ਉਧਰ ਚੱਕ ਜਿਹੜਾ ਉਹ ਉਧਰ ਵੱਜਦੇ ਸੀ। ਉਹ ਸਾਰੇ ਗੁੱਬੇ ਬੈਠੇ ਆਪਣੇ ਨੀਂ ਪਿਆਏ ਪੀੜੂ ਕੇ ਸਿਰੇ। ਹਾਂ ਹਾਂ ਹਾਂ, ਗੁੱਬੇ ਵਾਲੇ ਸਾਰੇ ਸਗਾਣੀ ਵਾਲੇ। ਹਾਂ, ਉਹ ਚੱਕਦੇ ਆ ਸਾਰੇ ਆਪਣੇ ਪਿੰਡ ਦੇ। ਸਾਡਾ ਬਾਪੂ ਵੀ ਦੱਸਦਾ ਹੁੰਦਾ ਸੀ, ਉਹ ਕਹਿੰਦਾ ਜਿਹੜੀ ਕੁਹਾੜੇ ਨੂੰ ਛਿੜਕੀ ਜਾਂਦੀ ਸੀ ਨਾ, ਉਹਦੇ ਤੇ ਅਸੀਂ ਖੂਹ ਆਪਣਾ, ਕਹਿੰਦਾ ਬਿਲਕੁਲ ਉਹਦੇ ਤੇ ਅਸੀਂ, ਕਹਿੰਦਾ ਅਸੀਂ ਉਹਦੇ ਬਿਲਕੁਲ। ਹਾਂ, ਤੇ ਅੱਛਾ, ਤਾਂ ਇਹ ਜਿਹੜੇ ਆਪਣਾ ਕਾਲਾ ਸੰਘਿਆਂ ਦਾ ਜਿਹੜਾ ਉੱਥੇ ਦੇ ਜਿਹੜੇ ਸਰਦਾਰ ਸੀ, ਉਹ ਕਹਿੰਦੇ ਤੁਹਾਡੇ ਬੜੇ ਬੇਲੀ ਹੁੰਦੇ ਸੀ ਸਾਰਿਆਂ ਦੇ ਹੀ ਸੀਗੇ। ਹਾਂ, ਉਹ ਤੈਨੂੰ ਮੈਂ ਦੱਸਿਆ ਵੀ ਉਹਨਾਂ ਨੇ ਨਾ ਹਰ ਬੰਦੇ ਨਾਲ ਹੀ ਪਿਆਰ ਮੁਹੱਬਤ ਨਾਲ ਰਹਿਣਾ, ਖਲੋਣਾ, ਬਹਿਣਾ। ਹਾਂ, ਤੇ ਮੁੜ ਕੇ ਬਾਪ ਸਾਡਾ ਕਿਹੜਾ ਹੈਡ ਮਾਸਟਰ ਸੀਗਾ ਜਾਂ ਮਾਸਟਰ ਸਕੂਲ ਦੇ, ਇੱਕ ਦਿਨ ਹੀ ਗਿਆ। ਉਹ ਇੰਨਾ ਸੀ ਉਹਦੇ ਚੌਧਰੀ ਮੰਨ ਲੈਂਦੇ ਸੀ ਉਹਨੂੰ। ਹਾਂ, ਗੱਲ ਚੱਲਦੀ ਸੀ, ਉਹ ਗੱਲ ਚੱਲਦੀ ਏਦਾਂ ਵੀ ਘਰੋਂ ਜਦੋਂ ਨਿਕਲਿਆ ਨਾ ਇੱਕ ਵਾਰੀ, ਤੇ ਸਾਡਾ ਦਾਦਾ ਬਾਹਰ ਬੈਠੇ ਸੀ, ਤੇ ਉਹਨੇ ਅੰਦਰੋਂ ਕੱਪੜੇ ਕੁਪੜੇ ਪਾ ਕੇ ਸੀ ਕਿਤੇ ਪੱਗ ਬੰਨੀ, ਪੱਗ ਨੂੰ ਮਾਇਆ ਲਾ ਕੇ ਮੰਨ ਲੈ ਤੁਰਲਾ ਕਰ ਨਿਕਲਿਆ ਨਾ ਬਾਹਰ, ਕਹਿੰਦਾ ਨਾ ਸਾਡਾ ਮਾਸਟਰ ਵੀ ਨਿਕਲਿਆ ਯਾਰ। ਮੈਂ ਗੱਡੀ ਤੋਂ ਚੜੇ, ਮਾਸਟਰ ਆ ਸਿਰਿਆਂ ਦੇ, ਮਾਸਟਰ ਆ ਤੇ ਇੱਕ ਮਾਈ ਨੇ ਰੁੱਖਾ ਕੱਢ ਕੇ ਖੜਾਇਆ ਮਾਸਟਰ। ਉਹ ਕਹਿੰਦਾ ਉਹਨੂੰ ਇਹ ਨੀ ਕਹਿੰਦਾ ਨਪਾੜੀ ਆ, ਕਹਿੰਦਾ ਰੱਥ ਚ ਰੁੱਖਾ ਪੌਂਡ ਚ ਦੇਣ ਡਈ ਆ, ਬਹਿ ਗਿਆ ਰਾਮ ਦੇਖੀ ਜੇ ਉਤਰ ਗਏ, ਦੇਖੀ ਜੇ ਉਤਰ ਗਏ। ਅੱਛਾ, ਤਾਇਆ ਹੁਣ ਉਧਰੋਂ ਜਦੋਂ ਦੇ ਤੁਸੀਂ ਇੱਧਰ ਮਾਸ਼ਾਅੱਲਾ ਆ ਗਏ, 75 ਸਾਲ ਹੋ ਗਏ, 76 ਸਾਲ ਇੱਧਰ ਆਇਆ ਨੂੰ। ਹਾਂ, ਅੱਛਾ, ਤੈਨੂੰ ਹੁਣ ਕੀ ਮਹਿਸੂਸ ਹੁੰਦਾ ਵੀ ਉਧਰਲਾ ਕੰਮ ਚੰਗਾ ਸੀ ਜਾਂ ਇੱਧਰ ਆਣ ਕੇ ਚੰਗਾ ਵਾ? ਨਹੀਂ ਜੀ, ਦੇਖੋ ਹੁਣ ਜਿਹੜਾ ਨੇ ਆਖਰ ਦਿਲ ਲੱਗ ਜਾਂਦੇ ਆ, ਲੱਗ ਜਾਂਦੇ ਆ ਤੇ ਇੱਥੇ ਰਹਿਣਾ ਪਸੰਦ ਕਰਦੇ। ਹਾਂ, ਲਾਦਾਂ ਹੋ ਗਈਆਂ, ਗਾਂ ਸਿਲਸਿਲੇ ਹੋ ਗਏ। ਮੈਂ ਕਹਿੰਦਾ ਹੁਣ ਮੇਰੇ ਤੋਂ ਤੋਰਿਆ ਵੀ ਨਹੀਂ ਜਾਂਦਾ, ਮੁੰਡਿਆਂ ਚ ਅਲੱਗ ਕਰੇ, ਉਹਨਾਂ ਚ ਬਰਕਤਾਂ ਵੀ ਆ, ਗੱਡੀਆਂ ਵੀ ਜਾ ਸਕਦੇ ਆ, ਕਈ ਬਹੁਤ ਹੀ ਹਰੀ ਕਹਿੰਦੇ ਤਾਇਆ। ਸਰਦਾਰਾਂ ਨੂੰ ਪੁੱਛੀਏ, ਦੱਸੀਏ ਉਹ ਸਰਦਾਰ ਉਹ ਕਹਿੰਦਾ ਇਧਰੋਂ ਲਾ ਕੇ ਕਿਹੜੇ ਚੋਂ ਗਿਆ ਹੈ, ਉਹਨੂੰ ਪੁੱਛੋ ਤਾਂ। ਉਹ ਤਾਂ ਉਧਰ ਦਾ ਹੀ ਆ, ਉਹ ਜਿਹੜੇ ਸਖਾਣੀ ਵਾਲੇ ਬੈਠੇ ਨਾ ਉਧਰ ਬੰਦੇ, ਉਹ ਉਧਰ ਦੇ ਹੀ ਆ ਸਰਦਾਰ, ਇਧਰੋਂ ਆਪਣੇ ਐਸ ਇਲਾਕੇ ਚੋਂ ਨੇਗੇ ਉੱਠ ਕੇ ਗਏ ਉਹ। ਅੱਛਾ, ਉਹ ਕਿਹੜੇ ਇਲਾਕੇ ਚ? ਜਿਨ੍ਹਾਂ ਦੇ ਜਿਹੜੇ ਰਾਬਤੇ ਆ ਨਾ, ਉਹ ਉੱਥੇ ਤੇਰੇ ਨਾਲ ਦਾ ਮੈਨੂੰ ਦੱਸਦਾ ਸੀ, ਮੈਨੂੰ ਚੇਤਾ ਨੀ ਕਿਹੜਾ ਪਿੰਡ, ਉਹ ਕਹਿੰਦਾ ਉੱਥੋਂ ਉੱਠ ਕੇ ਸਖਾਣੀ ਚ ਬੈਠੇ ਆ ਅਸੀਂ। ਤੇ ਤਾਇਆ ਹੁਣ ਕਿੱਦਾਂ, ਜੇ ਅੱਲਾ ਕੋ ਮੌਕਾ ਬਣਾਵੇ, ਜੇ ਕਿਸੇ ਦੇ ਥਰੂ ਬਣ ਜਾ ਟਾਈਮ, ਹਾਂਜੀ, ਤੇ ਉਧਰ ਨੂੰ ਉਹਨਾਂ ਗਲੀਆਂ ਨੂੰ, ਸਖਾਣੀ ਦੀਆਂ ਨੂੰ, ਉਹਨਾਂ ਬਾਜ਼ਾਰਾਂ ਨੂੰ, ਸਕਾਲਾ ਸੰਘਿਆਂ ਦਾ ਘਵਾਲਾ, ਤੇ ਆਪਣੇ ਨਾਰਾਂ ਵਾਲੀ ਦੇ ਚੱਕ, ਸਾਰੇ ਪਿੰਡ ਦੇਖਣ ਨੂੰ ਦਿਲ ਕਰਦਾ ਪੂਰਾ? ਲੈ,
ਉਹ ਕਹਿੰਦੇ ਭੁੱਲ ਨੀ ਜੰਮਣ ਪੋ ਭੁੱਲਦਾ ਸੋਇਆ ਵਾ, ਡੰਗਰ ਨੀ ਭੁੱਲਦਾ ਬੈਦਾਰ ਸਾਹਿਬ। ਹਾਏ 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 ਲਓ ਜੀ, ਡੰਗਰ ਜਿੱਥੇ ਦਾ ਜੰਮਿਆ ਉੱਥੇ ਦਾ ਉਹ ਨੀ ਭੁੱਲਦਾ, ਉਹ ਨੀ ਭੁੱਲਦਾ, ਸੱਚੀ ਗੱਲ ਵਾ। ਅਸੀਂ ਤਾਂ ਮੈਂ ਤਾਂ ਹੁਣ ਨਾ ਉਹ ਮੁੰਡਾ ਕਰਨਾ ਹੁੰਦਾ ਕਈ ਮੁਸਤਾ ਦੇ, ਹਾਂ ਉਹ ਮੈਂ ਗਿਆ ਪੁੱਤਰਾ ਹੁਣ ਜਾ, ਉਹ ਹੁਣ ਸਫ਼ਰ ਲਿਖ ਕੇ ਰੱਖਿਆ ਕਹਿੰਦੇ 6 ਘੰਟਿਆਂ ਦਾ ਸਫ਼ਰ ਹੋ ਸਕਦਾ। ਹਾਂ ਹਾਂ ਕਸੂਰੋਂ ਚੱਲ ਪਈਏ ਤਾਂ 6 ਘੰਟਿਆਂ ਆਪਣੇ ਪਿੰਡ ਪਹੁੰਚ ਜਾਂਦੀ ਗੱਡੀ। ਨਹੀਂ ਕੋਈ ਨੀ, ਤਾਂ ਕੋਸ਼ਿਸ਼ ਕਰਾਂਗੇ ਬੰਦੇ ਬਹੁਤ ਸਰਦਾਰ ਰਾਬਤੇ ਜਾਂ ਮੇਰੇ ਨਾਲ ਵੀ, ਤੇ ਕੋਈ ਚਾਰਾ ਕਰਕੇ ਕੋਈ ਕੋਸ਼ਿਸ਼ ਕਰਦੇ ਆ, ਜੇ ਕੋਈ ਅੱਲਾ ਨੇ ਸਵਾਬ ਬਣਾਇਆ ਤੇਰਾ ਉੱਥੇ ਚੱਕਰ ਲਵਾਉਂਦੇ ਆ ਜਰੂਰ। ਉਹਨਾਂ ਨੂੰ ਉੱਥੋਂ ਉੱਠ ਕੇ ਕਿਤੇ ਬਣਾਉਂਦਾ ਨੀ ਜ਼ਮੀਨ। ਹਾਂ ਉੱਥੋਂ ਹੀ ਉੱਥੋਂ ਹੀ। ਤੇ ਅੱਛਾ ਤਾਂ ਉੱਧਰ ਜਦੋਂ ਤੁਸੀਂ ਹੁੰਦੇ ਉੱਧਰ ਢੱਗੇ ਢੁੱਗੇ ਕਿੱਦਾਂ ਰੱਖਦੇ ਸੀ, ਸ਼ੌਕ ਨਾਲ ਪੂਰੇ ਰੱਖਦੇ ਸੀ ਢੱਗੇ? ਇੱਥੇ ਨਾਲੋਂ ਬਹੁਤਾ ਸੀ ਉੱਥੇ ਉੱਥੇ, ਇੱਥੇ ਤਾਂ ਖਰਾਸਾਂ ਦਾ ਉੱਥੇ ਖੂਹਾਂ ਦਾ ਸੌਖ ਹੁੰਦਾ ਸੀ। ਅੱਛਾ ਅੱਛਾ, ਉੱਥੇ ਜਾਣੇ ਖੂਹ ਪਾਣੀ ਵਾਲੇ? ਹਾਂ ਉਹਨਾਂ ਦੇ ਭਜਾਉਂਦੇ ਹੁੰਦੇ ਸੀ, ਉਹਨਾਂ ਦੇ ਢੱਗੇ ਭਜਦੇ ਉੱਥੇ ਉੱਥੇ ਤੜਦੇ, ਉੱਥੇ ਮੇਲੇ ਲੱਗਦੇ ਹੁੰਦੇ ਸੀ, ਠੀਕ ਮੈਚ ਲੱਗਦੇ ਹੁੰਦੇ ਸੀ। ਸਹੀ ਹੈ ਸਹੀ ਹੈ। ਉੱਥੇ ਕੋਈ ਬੜਾ ਢੱਗਾ ਵੱਧ ਗਿਆ, ਫਲਾਨਾ ਵੱਧ ਗਿਆ। ਹਾਂ ਜਦੋਂ ਹਨਾ ਖੂਹ ਚ ਜਦੋਂ ਪਾਣੀ ਘੱਟ ਹੋਵੇ ਤਾਂ ਉਹਦੇ ਥੱਲੇ ਖੂਹ ਲਾਉਂਦੇ ਹੁੰਦੇ। ਹਾਂ ਖੂਹ ਕਹਿਣਾ ਨਾਲ ਲਾਉਂਦੇ ਨਾਲ। ਹਾਂ ਜਦੋਂ ਨਾਲ ਲਾਉਂਦੇ ਤਾਂ ਫਿਰ ਉਹਨੂੰ ਚਲਾਉਣ ਵਾਸਤੇ ਨਾ ਜੋਗਾਂ ਇਕੱਠੀਆਂ ਕਰਨੀਆਂ। ਹਾਂ ਤੇ ਮਾਲ ਤਾਰਨੀ ਇੱਕ ਵਾਰੀ ਪਾਣੀ ਸਾਫ਼ ਕੇ ਵੜੇ, ਠੀਕ ਉੱਥੇ ਫਿਰ ਢੱਗਿਆਂ ਦੀਆਂ ਬੜੀਆਂ ਬੁਰਦਾਂ ਲੱਗਦੀਆਂ। ਕਿਆ ਬਾਤ ਸੀ, ਕਿਆ ਬਾਤ! ਆਹ ਇੱਕ ਵਾਰੀ ਵਾਲੇ ਇਲਾਕੇ ਦਾ ਬੜਾ, ਹੁਣ ਤੱਕ ਅਸੀਂ ਸਿਆਣਿਆਂ ਬੰਦਿਆਂ ਕੋਲ ਸੁਣਦੇ ਆ, ਉਹਦੀ ਕੋਈ ਗੱਲ ਦੱਸ ਦੇ। ਉਹ ਉਹਦਾ ਉਹਦਾ ਇਹ ਗੱਲ ਸੁਣ ਲਾ ਤੂੰ, ਜਿੱਦਾਂ ਇਹ ਵੈਸੇ ਗਊ ਦੀ ਸੇਵਾ ਬਹੁਤ ਕਰਦੇ ਆ, ਉਹ ਚੰਗਾ ਸੀਗਾ ਲਾਖਾ। ਹਾਂ ਚੰਗੇ ਤੋਂ ਨਾ ਉਹਦਾ ਇਹ ਸੀਗਾ ਫਿਰ ਕੱਲਾ ਹੀ ਉਹ ਪਜਾਲੇ ਤੇ ਖਰਾਸ ਵਗਿਆ। ਹਾਂ ਪਜਾਲੇ ਤੇ ਹਾਲ ਜੋੜਨਾ ਜਾਂ ਜਿੱਦ ਸੁਹਾਗੀ ਜੋੜਨਾ, ਕੱਲਾ ਵਗਿਆ ਵਾ ਬੋਲ ਨਾਲ ਨਹੀਂ, ਜੋੜਿਆ ਨਹੀਂ ਤਾਂ ਬੋਲ ਨੂੰ ਢਾਇਆ। ਅੱਛਾ ਕੱਲਾ ਜਾਣੀ ਖੂਹ ਗੇੜਦਾ ਸੀ? ਉਹ ਕੱਲਾ ਹੀ ਖੂਹ ਗੇੜਦਾ ਸੀ। ਕਿਆ ਬਾਤ ਸੀ, ਕਿਆ ਬਾਤ! ਸਾਰਾ ਦਿਨ ਪਾ ਲਓ ਜੋ ਕੁਛ ਦਿਨ ਮਰਜ਼ੀ ਪਾ ਲਓ, ਤੇ ਉਹਦਾ ਪਿਆਰ ਵੀ ਉਹਦਾ ਉਹਦੇ ਨਾਲ ਇੰਨਾ ਸੀ, ਚੰਗੇ ਪੁੱਛਦਾ ਹੁੰਦਾ ਹੀ ਆ ਨਾ ਏਦਾਂ ਹੀ ਏਦਾਂ ਹੀ। ਤੇ ਬਲਕਿ ਉਹਨੂੰ ਨਾ ਉਹਦੇ ਕੁੜਮਾਂ ਨੇ ਲਾਮਾ ਦਿੱਤਾ, ਧੀ ਨੂੰ ਤੈਨੂੰ ਲਾਖਾ ਕਿਹੜਾ ਦਾਜ ਦੇ ਦਿੱਤਾ। ਆਹਾਹਾਹਾ, ਉਹ ਕੁੜੀ ਆ ਕੇ ਘਰ ਬਹਿ ਗਈ। ਅੱਛਾ ਉਹਨੇ ਕਿਹਾ ਭਾਈਆ ਮੈਂ ਨੀ ਜਾਣਾ, ਉਹ ਏਦਾਂ ਮੈਨੂੰ ਕਹਿੰਦੇ ਆ ਲਾਖਾ ਨੇ। ਮੈਂ ਕਿਹਾ ਕੀ ਕੋਈ ਨੀ, ਲਾਪਾ ਲਾਖਾ ਆਪਾਂ ਉਹਨਾਂ ਨੂੰ ਹੁਣ ਦੇ ਦਿੰਦੇ ਹਾਂ, ਲਾਖੇ ਦਾ ਕਿਹੜੀ ਗੱਲ ਆ। ਹੁਣ ਉਹ ਗਿਆ ਵਾ ਆ ਕੇ ਕਹਿੰਦਾ ਆ ਜਾਓ ਯਾਰ, ਲਾਖਾ ਧਿਆਨ ਦਿੱਤਾ। ਹਾਂ ਆ ਜਾ ਲਿਆ, ਚਲ ਗਿਆ ਛੱਡ ਕੇ, ਤਾਂ ਆਉਣਾ ਹੀ ਨਾਲ ਗਿਆ ਤੇ ਛੱਡ ਕੇ ਨਾ, ਜਿੰਨਾ ਚਿਰ ਬੈਠਾ ਰਿਹਾ ਬਹੁਤ ਵੀ ਖੜਾ ਰਿਹਾ ਚੁੱਪ ਕਰਕੇ। ਆ ਮੁੜ ਹੀ ਆਉਣਾ ਸੀ ਪੈਦਲ ਆਉਂਦੇ ਤੇ ਮੁੜ ਕੇ ਆ ਗਿਆ। ਜਦੋਂ ਮੁੜ ਕੇ ਆ ਗਿਆ ਨਾ, ਹੁਣ ਖੁੱਲੀ ਖਾਲੀ ਤੈਅ ਕੀਤੀ ਧੱਗੇ ਰੱਖ ਲਏ ਉੱਥੇ ਤੈਅ ਟੂ ਕਰ, ਉਹ ਜਿਹੜਾ ਬੰਦਾ ਟੱਕਰ ਹੈ ਉਹਨੂੰ ਵੀ ਛਿੱਟਣਾ। ਉਹਨਾਂ ਦੋ ਦਿਨ ਕੱਢੇ, ਤੀਕ ਦਿਨ ਗਿਆ ਬਾਬਾ ਲਾਇਆ ਆਪਣਾ ਲਾਖਾ ਲਾਇਆ ਜਾ ਕੇ, ਉਹ ਗਿਆ ਲਾਖੇ ਦਾ ਰੱਤਾ ਜਿੱਥੇ ਘਰ ਲਾਇਆ। ਹਾਂ ਏਦਾਂ ਲਾਖੇ ਦੀ ਗੱਲ ਜੀ। ਦੇਖੋ ਜੀ, ਬੰਦਿਆਂ ਨੂੰ ਕੱਲਿਆਂ ਨੂੰ ਨੀ ਯਾਦ ਕਰਦੇ ਲੋਕ, ਅੱਜ ਵੀ ਸਖਾਣੀ ਪਿੰਡ ਖੱਖਾਂ ਦੇ ਵਿੱਚ ਵਾ ਨਾ ਜਿਹੜਾ ਲਹਿੰਦੇ ਪੰਜਾਬ ਦੇ ਵਿੱਚ, ਉੱਥੇ ਅੱਜ ਵੀ ਘਵਾਲੇ ਵਾਲੇ ਲਾਖਾ ਜਿਹੜਾ ਢੱਗਾ ਸੀ ਨਾ ਉਹਦਾ ਨਾਂ ਚੱਲਦਾ ਵਾ, ਤੇ ਨਾਂ ਐਵੇਂ ਨੀ ਚੱਲਦੇ, ਕੁਛ ਨਾ ਕੁਛ ਕਰਕੇ ਦਿਖਾਉਣਾ ਪੈਂਦਾ। ਤਾਂ ਇਹਨੇ ਦੱਸਿਆ ਵੀ ਉਹ ਜਿਹੜਾ ਕੱਲਾ ਹੀ ਢੱਗਾ ਸੀ ਨਾ, ਦੋ ਢੱਗੇ ਖੂਹ ਜੇ ਗੇੜਦੇ ਹੁੰਦੇ ਸੀ ਤੇ ਉਹ ਜਦੋਂ ਗੇੜਦਾ ਸੀ ਕੱਲਾ ਹੀ ਖੂਹ ਗੇੜਦਾ ਸੀ, ਤੇ ਤਾਂ ਕਰਕੇ ਉਹਦਾ ਨਾਂ ਅੱਜ ਵੀ ਇੱਥੇ ਲੋਕ ਕਹਿੰਦੇ ਆ ਇਹ ਕਿਹੜਾ ਘਵਾਲੇ ਵਾਲਾ ਲਾਖਾ ਵਾ। ਤੇ ਐਵੇਂ ਨਾਂ ਨੀ ਕਮਾਏ ਜਾਂਦੇ, ਨਾਂ ਬੜੀਆਂ ਮਿਹਨਤਾਂ ਤੇ ਸਖਤੀਆਂ ਨਾਲ ਕਮਾਏ ਜਾਂਦੇ ਆ। ਅੱਛਾ ਪਾਇਆ, ਹੁਣ ਜਦੋਂ ਤੁਸੀਂ ਉਧਰੋਂ ਆਏ ਆ ਉਜੜ ਕੇ, ਅੱਛਾ ਤੁਸੀਂ ਉਦੋਂ ਕੀ ਸੂਰਤ ਹਾਲ ਦੇਖੀ, ਵੀ ਕਿੱਦਾਂ ਕੋਈ ਆਸਾਨੀ ਨਾਲ ਪਹੁੰਚ ਗਏ ਜਾਂ ਕੋਈ ਬਹੁਤ ਕੋਈ ਪਰੇਸ਼ਾਨੀ ਕੱਟ ਕੇ ਆਏ ਆ? ਉਹ ਵਾਜਾ ਜੀ ਇਹ ਜਿੱਦਾਂ ਕਹਿੰਦੇ ਆਪੋ ਆਪੇ ਸੀ। ਹਾਂ
ਅਸੀਂ ਏਦਾਂ ਪਹੁੰਚੇ ਆ ਜਦੋਂ ਬਾਹਰ ਪਿੰਡੋਂ ਨਿਕਲ ਕੇ ਨਾ ਇਹਨਾਂ ਦਾ ਜਾਣੀ ਦੋਸਤਾਂ ਨਾਲ ਫੈਸਲਾ ਹੋਇਆ ਸੀਗਾ ਵੀ ਕੋਈ ਚੀਜ਼ ਨਾ ਚੱਕਿਓ, ਇੱਧਰੋਂ ਜਿਹੜੇ ਲੋਕ ਗਏ ਨਾ ਉਹ ਸਾਡੇ ਨੱਕ ਮੂੰਹ ਤੇ ਆਏ ਆ। ਹਾਂ ਉਹ ਕਹਿੰਦੇ ਸਾਡਾ ਮਾਲ ਲੁੱਟ ਲਿਆ, ਮਾਲ ਲਿਆ ਸੀ ਮੈਨੂੰ ਜਾਣ ਦੇਣਾ। ਹਾਂ ਤੇ ਤੁਸੀਂ ਹੁਣ ਆਪਣੀਆਂ ਜਾਨਾਂ ਲੈ ਕੇ ਨਿਕਲ ਜਾਓ। ਮੈਨੂੰ ਤੇ ਫੌਜੀ ਨੂੰ, ਫੌਜੀ ਛੋਟਾ ਬਸ਼ੀਰ, ਹਾਂ ਤੇ ਮਾਈ ਸਾਡੀ ਤੇ ਅਸ਼ਕਰੀ, ਇੱਕ ਸਾਡੀ ਭੈਣ ਸੀ ਕੁੱਛੜ ਸੀ ਛੋਟੀ ਬੱਚੀ, ਉਹ ਘਰੇ ਸੀ ਅਜੇ ਤੇ ਬਿਸਤਰਾ ਇੱਕ ਵੱਡਾ ਸੀ ਤੇ ਬਾਹਰ ਪਾਲੀਆਂ ਵੱਜਦੀਆਂ, ਉੱਧਰ ਨਿਕਲ ਕੇ ਖੜੇ ਸੀ। ਸਾਨੂੰ ਨਾ ਬੁੜੇ ਨੇ ਉੱਧਰੋਂ, ਮੈਨੂੰ ਤਾਂ ਵਿਸ਼ੇ ਨੂੰ ਨਾ ਕਮਾ ਦੇ ਡਟਕ ਸੀ, ਭਾਦੋਂ ਸੀ ਛੋਟਾ ਸੀ ਏਡਾ, ਆੜ ਦੇ ਲਾਗੇ ਜੇ ਕਰਕੇ ਐ ਖੜੇ ਕਰ ਗਿਆ, ਕਹਿੰਦਾ ਇੱਥੇ ਇੱਥੇ ਖੜੇ ਰਹੋ ਮੈਂ ਆਊਂਗਾ ਤੈਨੂੰ ਲੈ ਲੂ ਇੱਥੇ ਜਸਾ ਬੈਡ ਵਾਲਾ ਜੀ। ਅਸੀਂ ਉੱਥੇ ਖੜੇ ਆ ਤੇ ਅਜੇ ਬੁੜਾ ਸਾਡਾ ਗਿਆ ਨੇ ਜਾਂ ਪਟਾਕਾ ਜਿਹਾ ਵੱਜਿਆ ਠੋਕ ਦੇ ਨੀ ਹੋਇਆ ਨਾ ਤੇ ਦੁਨੀਆ ਲਾਲਾ ਲਾਲਾ ਪੈ ਗਈ ਜਿੱਦ ਨੂੰ ਕੋਈ ਦਾ ਮੂੰਹ ਆਇਆ। ਅਸੀਂ ਨੇ ਜਾਂਦੇ ਦੇਖੇ ਐ ਸਾਡੇ ਕੋਲ ਦੀ ਹਨਾ ਉਹ ਬਾਬੂ ਲਹਿਣੇ ਕਾ ਐ ਸਾਧਕ ਉਹਨਾਂ ਦਾ ਤੇ ਹਾਂ ਉਹ ਤੇ ਉਹਦਾ ਟੱਬਰ ਤੇ ਇਹ ਸਾਧਕ ਕੁੜੀ ਸੀ ਉਹ ਹੈ ਉਹ ਸਾਡੇ ਪੈਰ ਤੁਰੇ ਜਾ ਲਿਆ। ਉਹ ਜਦੋਂ ਗਏ ਤੁਰੇ ਜਾਂਦੇ ਤਾਂ ਮੈਂ ਵੀ ਦੇਖ ਲਿਆ ਤੇ ਮੈਂ ਵੀ ਏਦਾਂ ਨਿਕਲਿਆ, ਉਹਨੇ ਮੇਰੇ ਸਿਰ ਦੇ ਕੇ ਜੇ ਆ ਜਾਓ ਤੁਹਾਡੇ ਨਾਲ। ਇੱਧਰਲੇ ਪਿੰਡ ਦਾ ਸਾਨੂੰ ਨੀ ਪਤਾ ਕਿੱਧਰੋਂ ਗਏ ਕਿੱਧਰੋਂ ਗਏ ਕਿੱਥੇ ਨਹੀਂ ਚੱਲ ਗਏ। ਇਹ ਪਤਾ ਇਹਨੂੰ ਗਿਆ ਇਹ ਕਾਲੇ ਸੀ ਮੰਮ ਸੈਨ ਹੈ ਮਾਸੀ ਦਾ ਪੁੱਤ ਹਵਾਲਦਾਰ, ਉਦੋਂ ਅਜੇ ਪੁਲਿਸਾਂ ਵੀ ਇਕੱਠੀਆਂ ਸੀ ਫੌਜਾਂ ਵੀ ਇਕੱਠੀਆਂ ਸੀ, ਇਹ ਪਨਾਹ ਵਾਸਤੇ ਗਿਆ ਵੀ ਛੱਡਿਓ ਅਜੇ ਨਾਲ ਹੀ ਤਕਾਲਾ ਸੀ ਅਸੀਂ ਆਡੇ ਪੈ ਸਾਨੂੰ ਕੋਈ ਬੰਦਾ ਨੀ ਟੱਕਰਿਆ ਰਾਹ ਜੋ ਉੱਥੇ ਗਿਆ ਕਾਲੇ ਜਾ ਕੇ ਉੱਥੇ ਬਹਿ ਗਏ ਥਾਣੇ, ਥਾਣੇ ਬਹਿ ਕੇ ਉਹਨਾਂ ਨੂੰ ਦੱਸਿਆ ਉਹਨਾਂ ਨੂੰ ਪਤਾ ਸੀ ਸਾਰੇ ਨੂੰ ਕੰਪਨੀ ਖੁੱਲੀ ਕਿੰਗ ਦੀ, ਉਹਨਾਂ ਨੇ ਉਹ ਨੰਬਰਦਾਰ ਸੱਦਿਆ ਜੈਲਦਾਰ ਤੇ ਜੈਲਦਾਰੀ ਹੁੰਦੀ ਹੈ ਨੰਬਰਦਾਰੀਆਂ ਦੇ ਉੱਤੇ ਜਿਹਨਾਂ ਦੇ ਬਹੁਤੇ ਜ਼ਮੀਨ ਉਹ ਜੈਲਦਾਰ ਉਹ ਜੈਲਦਾਰ ਨੰਬਰਦਾਰ ਬੁਲਾਏ ਹਵਾਲਦਾਰ, ਉਹਨਾਂ ਕਿਹਾ ਸਾਡੇ ਆ ਬੰਦੇ ਫੜਾਉਣੇ ਤੇ ਪਾਕੇ ਨਾਲ ਇੰਨਾ ਵਾ ਵੀ ਜਿਹੜਾ ਕੁਛ ਫੁੱਲ ਕਰਦੀ ਚੀਜ਼ ਉਹ ਤੇ ਪੱਕੇ ਨਿਭਾਉਣੀ ਹੈ ਜਾਰੀ ਕਹਿੰਦੇ ਜੱਟ ਦੀ ਭਵੇ ਨਾ ਤੋੜਾ ਤੂੰ ਦਵੇ ਸੱਚੀ ਗੱਲ ਵਾ। ਉਹ ਉਹਨਾਂ ਕਿਹਾ ਉਹਨਾਂ ਕਿਹਾ ਠੀਕ ਆ, ਉਹਨਾਂ ਬੰਦੇ ਦੇ ਤੇ ਪੰਜ ਮੁੰਡੇ ਬਰਛੇ ਤੇ ਤਲਵਾਰ ਉਹਨਾਂ ਕੋਲ ਪਰਫਾਨਾ ਹੁੰਦੀ ਹੈ ਕਿ ਉਹ ਹਥਿਆਰ ਸੀ ਲੈ ਕੇ ਸਾਨੂੰ ਖੁੱਲ ਲੈ ਕੇ ਗਏ ਤੁਰ ਪਏ, ਸਾਨੂੰ ਨੀ ਕੋਈ ਟੋਕਰਿਆ ਪਤਾ ਨੀ ਕਿੱਧਰ ਨੂੰ ਗਏ ਕਿੱਧਰ ਨੂੰ ਆਏ ਤੁਰ ਪਏ ਅਸੀਂ ਉੱਥੇ ਸਾਨੂੰ ਛੱਡਿਆ ਖੁੱਲਿਆ ਕਿੰਦਰਿਆ ਉੱਥੇ ਸਾਨੂੰ ਕਦੇ ਨੱਥੇ ਨੇ ਦੇਖਿਆ ਇੱਡੂ ਕਦੇ ਅੱਛਾ ਇਹਦੇ ਨਾਲ ਤੇ ਮਾਈ ਦਾ ਰੋਟੀ ਨਾ ਖਾਵੇ ਮੇਰੇ ਰਿਪੋਰਟੀ ਪਤਾ ਨੀ ਕਿੱਥੇ ਗਏ ਕਿੱਧਰ ਨੂੰ ਚਲੇ ਜਾਏ। ਉਹਨੇ ਕਿਹਾ ਸੈਮੀ ਵੀ ਤੂੰ ਰੋਟੀ ਖਾ ਲਾ ਉਸ ਤੇਰੇ ਮੈਂ ਦੇਖੇ ਆ, ਉਹ ਕਹਿੰਦੇ ਐਵੇਂ ਮੈਨੂੰ ਕਰਦੇ ਆ, ਉਹ ਕਹਿੰਦੇ ਤੂੰ ਲੈਣਾ ਹੈਗਾ ਬਹੁ ਦੇਖਿਆ ਤੇਰੇ ਹੈਗਾ ਅਸੀਂ ਨਹੀਂ ਉਹਦੇ ਨਾਲ ਵਾ ਤੇਰੇ ਕੋਈ ਤਸੱਲੀ ਹੋਈ ਤੂੰ ਰੋਟੀ ਰਾਟੀ ਖਾਧੀ ਰਾਤ ਉੱਥੇ ਕੱਟ ਕੇ ਫਿਰ ਸਾਨੂੰ ਇਕੱਠੇ ਕੀਤਾ। ਜਦੋਂ ਫਿਰ ਚੱਲੇ ਆ ਨਾ ਪਹਿਲੀ ਮੰਜ਼ਿਲ ਜਵਾਨੀ ਤੇ ਇੱਕ ਨਹੀਂ ਸੀ ਕਿਸੇ ਕੋਲ ਪੈਸਾ ਧੇਲਾ ਤਾਂ ਕੋਈ ਸ਼ਾਇਦ ਨਹੀਂ ਸੀ, ਚੱਲੇ ਆ ਤੇ ਜਲੰਧਰ ਥਾਣੀ ਆਉਣਾ ਸੀ ਇਹਨਾਂ ਨੇ। ਹਾਂ ਜਦੋਂ ਨਿਕਲੇ ਆ ਨਾ ਤੇ ਸ਼ਾਹ ਕਵੇਲਾ ਸੀਗਾ ਤੇ ਜਦ ਤੁਰੇ ਆਉਂਦੇ ਤੇ ਉਹ ਛੋਟੀ ਕੁੜੀ ਜਿਹੜੀ ਸੀ ਨਾ ਮਾਈ ਨੇ ਮੈਨੂੰ ਫੜਾਈ ਸੀ ਵਿੱਚ, ਉਹ ਬਸ਼ੀਰ ਆ ਉਹਦੇ ਨਾਂ ਲੈ ਤੂੰ ਤੁਰਿਆ ਤੇ ਬਹੁਤ ਕੋ ਬਿਸਤਰਾ ਤੇ
ਫੌਜੀ ਮੁੰਡੇ ਦਾ ਹਾਲਾ ਕੋ ਬੁੜੇ ਕੋ ਮੈਂ ਤੁਰਿਆ ਆਉਣਾ ਤੇ ਇੱਕ ਜਿੱਦਾਂ ਡੱਬੀ ਸਿਗਰਟਾਂ ਹੁੰਦੀ ਨਾ ਗੁੱਛੀ ਜੀ ਐ ਤੁਰੇ ਜਾਂਦੇ ਉਹ ਪਈ ਮੈਨੂੰ ਵੀ ਮੈਂ ਕਿਹਾ ਉਹ ਗੁੱਛੀ ਜਾਂ ਡੱਬੀ ਜਿਹੜੀ ਆ ਮੈਂ ਕੁੜੀ ਨੂੰ ਫੜਾਉਣਾ ਖੇਲੂਗੀ ਉਹ ਮੈਂ ਜਦ ਚੱਕਿਆ ਤੇ ਉਹ ਨੋਟ ਅੱਛਾ ਮੈਂ ਖੋਲ ਕੇ ਮੈਂ ਖੋਲ ਲੈਂਦੀ ਮੈਂ ਮਾਈ ਨੂੰ ਮਾਈ ਆ ਨੋਟ ਲੱਭਿਆ ਮੈਨੂੰ ਹੁਣ ਬੁੜੇ ਨੂੰ ਗਾਂਹ ਫੜਾ ਤੇ ਉਹ ਪਰੇ ਹੋ ਕੇ ਬੈਠਾ ਬੈਠ ਕੇ ਉਹਨੇ ਖੋਲ ਕੇ ਦੇਖੇ ਤੇ ਪੰਜ ਨੋਟ ਦਸਾਂ ਦਸਾਂ ਦੇ ਗੱਲ ਪੰਜਾਹ ਦੇ ਤੇ ਆ ਕੇ ਸਾਨੂੰ 40 ਲੱਖ ਦਾ ਉਹ ਨਾਲ ਅਲੀ ਮੋਹਨ ਸਿੰਘ ਲੱਗ ਸਕੇ 10 ਹਜ਼ਾਰ ਭਰਾ ਨੂੰ ਭਰਾ ਦਾ ਤੇ ਆਇਆ ਉਹਨੂੰ 10 ਉਹਨੂੰ ਦਿਆ ਉਹ ਦੇਖ ਲਾ ਤੇ ਅੱਗੇ ਗਏ ਆ ਤੇ ਇਹਨਾਂ ਦਾ ਮਾਮਾ ਜੀ ਦਿਆਲਪੁਰ ਦਿਆਲਪੁਰੀ ਦਾ ਉਹਨਾਂ ਦਾ ਗੱਡਾ ਬੋਲਦ ਉੱਤੇ ਸਭ ਕੁਛ ਤਵੀ ਕੁਲਾੜੀਆਂ ਸਭ ਉੱਤੇ ਗੱਡੇ ਦੇ ਰੱਖੀ ਬੁੜੀਆਂ ਉੱਤੇ ਬੈਠੀ ਗੱਲ ਕੀ ਜੀ ਵੱਡਾ ਫਿਰ ਉਹ ਫੌਜੀ ਨੂੰ ਉੱਤੇ ਬਹਾਤਾ ਮਾਈ ਸਾਡੀ ਨੂੰ ਉਹ ਗੱਡੇ ਦੇ ਬਹਿ ਗਏ ਮੈਂ ਤਾਂ ਸ਼੍ਰੀ ਏਦਾਂ ਬੁੜੇ ਨਾਲ ਤੁਰੇ ਫਿਰ ਬੁੜੇ ਨੂੰ ਮੁੜਿਆ ਨਾ ਤੁਰੇ ਜਾਂਦੇ ਜਿੱਥੇ ਰਾਤ ਪੈਣੀ ਉੱਥੇ ਆਂਡੀ ਪਕਾ ਲੈਣੀ ਆਟੇ ਉਹਨਾਂ ਦੇ ਉੱਤੇ ਬੋਰੀਆਂ ਰੱਖੀਆਂ ਸੀ ਖਾਂਦੇ ਰਹਿਣਾ ਜਾਣੀ ਸਾਨੂੰ ਕੋਈ ਨੀ ਤੰਗੀ ਤਕਲੀਫ਼ ਤੇ ਨਾ ਅਸੀਂ ਤੇ ਲਾਰੀ ਚ ਗੱਡੀ ਚ ਬੈਠੇ ਲਾਹੌਰ ਸੋਣੀ ਵੜੇ ਨਾ ਤੇ ਉੱਥੇ ਗੱਡੇ ਨੂੰ ਨਹੀਂ ਵੰਡ ਦਿੰਦੇ ਉੱਥੋਂ 1 ਰੁਪਏ ਦੀਆਂ ਰੋਟੀਆਂ 20-20 ਰੋਟੀਆਂ ਬੁੜੇ ਲਿਆਂਦੀਆਂ ਗੱਲ ਕਰ 1 ਰੁਪਏ ਦੀਆਂ ਵਾਹ 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 ਤੇ ਉਹ ਉੱਥੇ ਖਰਚਿਆ ਇੱਕ ਇੱਥੇ ਆ ਕੇ ਨਾ ਆਉਂਦੇ ਫਿਰ 11 ਰੁਪਏ ਮਾਣਾ ਨੂਰਪੁਰੋਂ ਕਣਕ ਲਈ 11 ਰੁਪਏ ਮਾਣਾ 2 ਬੋਰੀਆਂ ਬੁੜੇ ਲੈ ਲਈਆਂ ਬਾਬਾ ਸ਼ਕਲਮ ਦੂਲੇ ਸ਼ਾਹ ਜਿਹੜਾ ਉੱਥੇ ਦਰਬਾਰ ਆ ਅਜੇ ਤਾਂ ਆਪਣਾ ਪਿੰਡ ਸਾਰਾ ਹੀ ਖਤਮ ਦੋਂਦਾ ਸਕਾਣੀ ਆਏ ਬਿਲਕੁਲ ਤੇ ਇਹਦੇ ਬਾਰੇ ਕੋਈ ਗੱਲਬਾਤ ਕੋ ਇਲਮ ਹੋਵੇ ਵੀ ਕਿੱਦਾਂ ਹਰਦੀਆਂ ਕਹਿੰਦੇ ਉੱਥੇ ਆਉਂਦੀਆਂ ਸੀ ਦਰਬਾਰ ਤੇ ਕਿੱਦਾਂ ਗੱਲਬਾਤ ਮੈਂ ਤਾਂ ਦੱਸਦਾ ਕਿ ਗੱਲ ਜੀ ਸੁਣਦੇ ਸੀਗੇ ਹਾਂ ਖਾਦੀਆਂ ਸੀ ਨਾ ਦੇਖਿਆ ਨੀ ਆਪਣੀ ਜੋ ਚ ਹਾਂ ਮੈਂ ਤਾਂ ਹਾਂ ਇਹ ਉਹਦਾ ਗੱਲ ਇਹ ਦੱਸਦੇ ਕਰਦੇ ਸੀਗੇ ਹਾਰਨੀ ਦਾ ਜਿਹੜਾ ਸ਼ਿਕਾਰ ਆ ਨਾ ਸਾਡੀ ਜੂ ਦੀ ਬੰਦ ਸੀ ਬੰਦ ਸੀਗਾ ਅੱਛਾ ਆਪਾਂ ਰਿਆਸਤ ਸੀ ਨਾ ਰਿਆਸਤ ਸੀ ਆਪਣੀ ਆ ਉਹ ਮਹਾਰਾਜਾ ਜਿਹੜਾ ਸੀ ਨਾ ਉਹਨੇ ਸ਼ਿਕਾਰ ਬੰਦ ਕੀਤਾ ਸ਼ਿਕਾਰ ਨਹੀਂ ਖੇਲਦੇ ਹਾਰਨੀ ਨੂੰ ਤੀਰ ਮਾਰਦੇ ਕੁਛ ਨੇ ਠੀਕ ਤੇ ਅਸੀਂ ਇੰਨਾ ਸੀ ਉਹ ਕਿਤੇ ਏਦਾਂ ਮਾਈ ਦੇ ਨਾਲ ਚਲੇ ਜਾਈ ਜਾਂ ਚਿਰਾਗ ਸੀ ਬੋਲਣ ਜਾਣਾ ਨਾ ਬਾਬੇ ਕਲਮ ਦੂਲੋ ਦੇ ਤੇ ਸਾਡੇ ਤਾਂ ਖੂਹ ਨੂੰ ਜਾਂਦੀ ਸੀ ਪਰਾਂ ਜੀ ਉੱਥੋਂ ਦੇ ਨਾਲ ਸੜਕ ਜਾਂਦੀ ਸੀ ਅੱਗੇ ਠੀਕ ਏਦਾਂ ਕੋਈ ਦੇਖਿਆ ਸੀ ਤਾਂ ਠੀਕ ਇਹ ਆਹ ਗੱਲ ਜ਼ਰੂਰ ਸੁਣਦੇ ਆ ਵੀ ਉਦੋਂ ਇੱਥੇ ਏਦਾਂ ਹਾਡੀਆਂ ਇੱਥੇ ਦੁੱਧ ਚ ਤੇ ਉਦਾਂ ਦੇਖ ਲਾ ਤਾਇਆ ਆਪਣਾ ਮਾਸ਼ਾਅੱਲਾ ਸਾਰਾ ਪਿੰਡ ਅੱਜ ਵੀ ਖਤਮ ਦੋਂਦਾ ਉਹਦਾ ਹੈ ਬਾਬੇ ਕਲਮ ਦੂਲੋ ਦਾ ਬੜੀਆਂ ਹਸਤੀਆਂ ਹੋਈਆਂ ਜੀ ਕੈਸੇ ਕੈਸੇ ਬੰਦੇ ਸੀਗੇ ਤਾਂ ਕੋਈ ਯਾਰ ਵੇਲੀ ਮੁੰਡੇ ਕੋ ਆਲੇ ਦੁਆਲੇ ਪਿੰਡਾਂ ਦੇ ਜਾਂ ਪਿੰਡ ਦੇ ਜਿਹੜੇ ਕੋ ਸੀਗੇ ਜਿਹੜੇ ਕੋ ਵਿਛੜ ਵਿਛੜ ਗਏ ਉਹਨਾਂ ਦੇ ਕੋ ਨਾਂ ਚੇਤੇ ਆਪਣੇ ਪਿੰਡ ਦੇ ਇਹ ਉੱਥੇ ਸਗਾਣੀ ਜੀ ਜਿਹੜੇ ਤੇਨਾਂ ਕੋ ਖੇਲਦੇ ਮੇਲਦੇ ਕੋ ਬਹਿੰਦੇ ਖਲੋਂਦੇ ਮੇਰੇ ਨਾਲ ਜਿਹੜੇ ਖੇਲਦੇ ਸੀ ਨਾ ਜਿਹੜੇ ਮੈਂ ਇੱਕ ਮੰਦੀ ਹੁੰਦਾ ਸੀ ਅੱਛਾ ਇੱਕ ਤਾਲੀ ਅੱਛਾ ਇਹਨਾਂ ਦੇ ਘਰ ਲੱਗ ਗਏ ਸੀ ਠੀਕ ਆ ਇੱਕ ਦੌਲਾ ਹੁੰਦਾ ਸੀ ਦੌਲਾ ਅੱਛਾ ਆਪਣੇ ਪਿੰਡ ਹੀ ਨੀ ਉਧਰ 95-96 ਬੈਠੇ ਆ ਤਿੰਨੇ ਇੱਥੇ ਸੀ ਇਹਨਾਂ ਖੇਲਦੇ ਹੁੰਦੇ ਸੀ ਦੂਸਰੇ ਜਿਹੜੇ ਸਾਡੇ ਕੋਲ ਖੇਲਦੇ ਤਿੰਨਾਂ ਦੇ ਜੁੱਟ ਇੱਕ ਸਰਦਾਰ ਫਕੀਰ ਬੱਗਾ ਅੱਛਾ ਬੱਗੇ ਗਿਆ ਤੇ ਇੱਕ
ਫੀਲਾ ਘੁੱਬਿਆਂ ਦਾ ਸੋਭਾ ਤੇਲੀਆਂ ਦਾ ਇਹ ਤਿੰਨ ਤਿੰਨੇ ਯਾਰ ਇਹ ਤਿੰਨੇ ਇਹ ਖੇਡਦੇ ਜੀ ਤਿੰਨ ਗੱਜੀ ਹੁੰਦੇ ਜੀ ਤੇ ਤਾਂ ਕੋ ਸਰਦਾਰਾਂ ਦੇ ਵਿੱਚੋਂ ਕੋ ਬੇਲੀ ਯਾਰ ਸਰਦਾਰਾਂ ਵਿੱਚੋਂ ਜਿਹੜਾ ਸੀ ਨਾ ਸਾਧੂ ਸਿਆਂ ਹਾਂ ਉਹਦੇ ਕੋਲ ਮੈਂ ਏਦਾਂ ਜਾਂਦਾ ਹੁੰਦਾ ਬੜਾ ਮੈਨੂੰ ਘੱਲ ਦਿੰਦਾ ਹੁੰਦਾ ਜੀ ਉਹ ਗੋਸ਼ਤ ਗਾਸ਼ ਬੜੇ ਚਾਅ ਨਾਲ ਖਾਂਦੇ ਜੀ ਸਿੱਖ ਨੀ ਨਾ ਖਾਂਦੇ ਉਹ ਚੋਰੀ ਦੇ ਕੇ ਆਉਣਾ ਤੇ ਉੱਜਾ ਕੇਰਾ ਇਹ ਜਾਣਦੇ ਸੀ ਮੈਨੂੰ ਜਾਣਦੇ ਸਾਧੂ ਵੀ ਜਾਣਦਾ ਸੀ ਸਾਧੂ ਸਿਉਂ ਤੇ ਕੇਰਾ ਸਿਉਂ ਹੈ ਹਾਂ ਦੋ ਸੀ ਮੁੰਡੇ ਉਹਦੇ ਇਹ ਦੋ ਸੀ ਜਾਣਦੇ ਮੁੰਡੇ ਤੁਹਾਨੂੰ ਆਹੋ ਸਹੀ ਹੈ ਸਹੀ ਹੈ ਤੇ ਇਹ ਦੱਸਦੇ ਕਹਿੰਦੇ ਕਾਲੇ ਦੇ ਸਰਦਾਰ ਜਿਹੜੇ ਸੀ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਸਰਦਾਰ ਸੀ ਸਖਾਣੀ ਵਾਲਿਆਂ ਦੇ ਨਾਲ ਸੂਤ ਹੀ ਬਹੁਤ ਸੀ ਉਹਨਾਂ ਦਾ ਬਿਲਕੁਲ ਏਦਾਂ ਹੀ ਹਾਂ ਵਿਆਹਾਂ ਸ਼ਾਦੀਆਂ ਤੇ ਤਾਂ ਸਾਰੇ ਇੱਕ ਦੂਜੇ ਦੇ ਜਾਂਦੇ ਐਨ ਜਾਂਦੇ ਸੀ ਉਹਦੇ ਹਾਂ ਸਹੀ ਹੈ ਕਦੇ ਦੇਖੋ ਜੀ ਵੰਡਾਂ ਤੇ ਹੁੰਦੀਆਂ ਰਹਿੰਦੀਆਂ ਅੱਲਾ ਦੀ ਯਾਦ ਮਾਫ ਕਰੇ ਵਕਤ ਗੁਜ਼ਰ ਜਾਂਦੇ ਆ ਗੱਲਾਂ ਬਾਤਾਂ ਹੁੰਦੀਆਂ ਦੇਖੋ ਜੀ ਉਹ ਜਿਹੜੇ ਸਾਡੇ ਸਖਾਣੀ ਤਾਇਆ ਦੱਸਦਾ ਵੀ ਸਖਾਣੀ ਪਿੰਡ ਦੇ ਜਿੰਨੇ ਵੀ ਮੁਸਲਮਾਨ ਸੀ ਨਾ ਉਹਨਾਂ ਦੇ ਨਾਲ ਜਿਹੜੇ ਸੀ ਨਾ ਆਲੇ ਦੁਆਲੇ ਦੇ ਕਾਲਾ ਸੰਘਿਆਂ ਦਾ ਚੱਕ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਘਵਾਲੇ ਦੇ ਜਿੰਨੇ ਵੀ ਜਾਣੀ ਸਰਦਾਰ ਸੀ ਨਾ ਉਹਨਾਂ ਸਾਰਿਆਂ ਸਰਦਾਰਾਂ ਦਾ ਸਖਾਣੀ ਦੇ ਜੱਟਾਂ ਦੇ ਨਾਲ ਮੁਸਲਿਮ ਭਰਾਵਾਂ ਦੇ ਨਾਲ ਪੂਰਾ ਪਿਆਰ ਸੀ ਖੁਸ਼ੀਆਂ ਗਮੀਆਂ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂਦੇ ਸੀਗੇ ਤੇ ਕਿਸੇ ਕਿਸਮ ਦਾ ਕੋਈ ਜਾਣੀ ਨਫ਼ਰਤ ਵਾਲੀ ਗੱਲ ਨਹੀਂ ਸੀ ਤੇ ਹੁਣ ਵੀ ਓਦਾਂ ਹੀ ਪਿਆਰ ਆ ਤੇ ਏਦਾਂ ਹੀ ਅੱਲਾ ਦੀ ਯਾਦ ਚੱਲਦਾ ਰੱਖੇ ਬੜੀ ਚੰਗੀ ਗੱਲ ਵਾ ਹੋਰ ਕੋਈ ਤਾਇਆ ਕੋਈ ਗੱਲਬਾਤ ਕਹਿਣਾ ਚਾਹਵੋ ਕੋਈ ਪੈਗਾਮ ਦੇਣਾ ਚਾਹਵੋ ਉਧਰਲਿਆਂ ਲੋਕਾਂ ਨੂੰ ਸਰਦਾਰਾਂ ਨੂੰ ਜਾਂ ਕੋਈ ਗੱਲਬਾਤ ਨੇ ਉਹਨਾਂ ਨੂੰ ਪੈਗਾਮ ਤੇ ਇੰਨਾ ਹੀ ਮੈਂ ਕਹਿਣਾ ਪੁੱਛਦਾ ਜੇ ਹੁਣ ਉਹਦੀ ਨਾਲ ਮੇਰੇ ਕੋਈ ਗੱਲ ਹੋਵੇ ਮੈਂ ਇਹ ਪੁੱਛਣਾ ਵੀ ਉਹ ਤੇਰੀ ਜ਼ਮੀਰ ਕਿੱਥੇ ਆ ਲਾਟ ਕਿੱਧਰ ਹੋਈ ਆ ਤੈਨੂੰ ਖੂਹ ਸਾਡਾ ਫਲਾਨਾ ਸੀ ਆਹ ਹੀ ਦੱਸਣਾ ਘਰ ਸਾਡਾ ਸੀ ਵਿਚਾਲੇ ਪਿੰਡ ਤੇ ਚਕਾਨ ਚਕਾਨ ਤੋਂ ਅਗਲਾ ਘਰ ਚਕਾਨ ਤੋਂ ਅਗਲਾ ਘਰ ਸੀ ਹਵੇਲੀ ਸਾਡੀ ਬੜੀ ਲੰਮੀ ਸੀ ਬਾਹਰ ਚੂੜੀਆਂ ਦਾ ਘਰ ਨਾਲ ਸੀ ਇੱਧਰ ਪਾਲੇ ਬਣੇ ਚੂੜੇ ਸੀ ਇੱਧਰ ਸਾਡੀ ਹਵੇਲੀ ਨਾ ਘੱਟ ਤੋਂ ਘੱਟ ਹੋਊਗੀ ਨਾ ਘੱਟ ਤੋਂ ਘੱਟ ਵੀ ਤਾਂ ਦੋ ਢਾਈਆਂ ਕਨਾਲਾਂ ਦੀ ਸੀ ਹਵੇਲੀ ਹਵੇਲੀ ਠੀਕ ਤੇ ਇੱਕ ਕੋਠਾ ਸੀ ਉੱਥੇ ਉਹ ਬਰਾਨੀ ਕਣਕ ਜਿਹੜੀ ਹੁੰਦੀ ਨਾ ਉਹ ਲਿਆਗੇ ਲਿਆ ਕੇ ਪਿੰਡ ਕਾਉਣੀ ਉਹਦੀ ਕੋਈ ਤੂੜੀ ਤੱਪੜੀ ਤੇ ਸਿੱਟ ਲੈਂਦੇ ਹੁੰਦੇ ਮੋਠਾਂ ਦਾ ਭੋ ਝਾੜੀ ਝੁੜੀ ਪਾਲੇ ਨਾਲ ਕੱਢ ਕੇ ਲਓ ਜੀ ਅੱਜ ਅਸੀਂ ਪਹੁੰਚੇ ਸੀ ਤਾਏ ਗਫੂਰ ਮੈਂਬਰ ਦੇ ਕੋਲ ਤੇ ਬੜੀਆਂ ਚੰਗੀਆਂ ਗੱਲਾਂ ਸੁਣੀਆਂ ਤੇ ਗੱਲਾਂ ਤੇ ਏਦਾਂ ਦੀਆਂ ਵਾ ਤੁਸੀਂ ਯਕੀਨ ਕਰਿਓ ਵੀ ਮੈਂ ਆਹੇ ਬਗਾਹੇ ਲੰਘਦਾ ਵੜਦਾ ਤਾਏ ਕੋਲ ਬਹਿ ਜਾਂਦਾ ਤੇ ਤਾਏ ਦੀਆਂ ਗੱਲਾਂ ਸੁਣ ਸੁਣ ਕੇ ਉੱਠ ਕੇ ਜਾਣੇ ਨੂੰ ਦਿਲ ਹੀ ਨਹੀਂ ਕਰਦਾ ਹੁੰਦਾ ਬਹੁਤ ਇਹ ਵੀ ਦੱਸ ਕੇ ਕਹਿੰਦਾ ਮੇਰਾ ਜੀ ਇੰਨਾ ਗੱਲ ਕਰਦਾ ਵੀ ਜੇ ਤੂੰ ਮੁੰਡੇ ਸਾਡੇ ਨਾਲ ਗੱਲ ਕਰਦਾ ਮੈਂ ਉਹਨੂੰ ਦੇਖਣ ਦੇ ਜੀ ਕਰਦਾ ਹਾਂ ਤਾਇਆ ਜ਼ਰੂਰ ਇਨਸ਼ਾਲਾ ਜੀ ਮੈਂ ਸਾਡੀ ਪੂਰੀ ਕੋਸ਼ਿਸ਼ ਆ ਵੀ ਤਾਏ ਨੂੰ ਅਸੀਂ ਨਾ ਇੱਕ ਵਾਰੀ ਜ਼ਰੂਰ ਸਖਾਣੀ ਪਿੰਡ ਦੇ ਵਿੱਚ ਪਿੱਛੇ ਲਿਜਾਈਏ ਮੈਂ ਤੇ ਨਾ ਚਾਹੁੰਦਾ ਸਰਦਾਰਾਂ ਦੇ ਨਾਲ ਰਾਬਤਾ ਵੀ ਆ ਤੇ ਬਲਕਿ ਬਹੁਤਿਆਂ ਦੇ ਨਾਲ ਰਾਬਤਾ ਬੜੇ ਪਿਆਰ ਕਰਦੇ ਆਪਾਂ ਨੂੰ ਸਖਾਣੀ ਪਿੰਡ ਚੋਂ ਭੋਲਾ ਸਿੰਘ ਵੀ ਆ ਸਾਡੇ ਨਾਲ ਰਾਬਤੇ 'ਚ ਰਹਿੰਦੇ ਤੇ ਅਸੀਂ ਇਨਸ਼ਾਲਾ ਕੋਸ਼ਿਸ਼ ਕਰਾਂਗੇ ਤਾਏ ਹੁਣਾਂ ਨੂੰ ਇੱਕ ਵਾਰੀ ਜ਼ਰੂਰ ਸਖਾਣੀ ਦਾ ਚੱਕਰ ਦਵਾਈਏ ਤੇ ਕੋਈ ਨੀ ਔਖੇ ਸੌਖੇ ਪਹੁੰਚਾਂਗੇ ਕੋਈ ਨੀ ਬਾਕੀ ਦੁਆ ਕਰਨੀ ਸਾਰੇ ਭਰਾਵਾਂ ਨੇ ਅੱਲਾ ਦੀ ਯਾਦ ਤਾਏ ਨੂੰ ਤੰਦਰੁਸਤੀ ਸਿਹਤ ਦੇਵੇ ਤੇ ਜੇ ਨਸੀਬਾਂ 'ਚ ਹੋਇਆ ਤੇ ਜ਼ਰੂਰ ਤਾਏ ਨੂੰ ਇੱਕ ਵਾਰੀ ਪਿੰਡ ਦਿਖਾਉਣਾ ਵਾ ਤੇ ਨਾਲੇ ਜਿੱਥੇ ਜਿੱਥੇ ਤੱਕ ਤਾਏ ਦੀ ਭਾਈ ਆਵਾਜ਼ ਜਾਵੇ ਸਾਰੇ ਸਰਦਾਰਾਂ ਨੂੰ ਭਾਈ ਤਾਏ ਵੱਲੋਂ ਸਲਾਮ ਆ ਤੇ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ